ਜਿੰਨਾ ਉਹਨਾਂ ਨੇ ਰੈਲੀਆਂ 'ਚ ਜ਼ੋਰ ਲਾ ਕੇ ਸਰਕਾਰੀ ਸਰਮਾਏਦਾਰਾਂ ਨੇ ਇਕੱਠ ਕੀਤਾ, ਓਨੀਆਂ ਤੇ ਚੱਪਲਾਂ ਤੇ ਜੁੱਤੀਆਂ ਜੋੜੇ ਬਰਗਾੜੀ ਦੀ ਦਾਣਾ ਮੰਡੀ 'ਚ ਸੰਗਤਾਂ ਦੇ ਰੁਲ ਗਏ। 14 ਤਰੀਕ ਨੂੰ ਸਰਕਾਰਾਂ ਦੇ ਭੁਲੇਖੇ ਪੰਥ ਦੋਖੀਆਂ ਦੇ ਸੰਗਤਾਂ ਨੇ ਦੂਰ ਕਰ ਦਿੱਤੇ। ਇਹਨਾਂ ਸਰਕਾਰਾਂ ਦੇ ISI ਤੇ ਮਿਲੀਟੈਂਟ ਕਹਿਣ ਵਾਲਿਆਂ ਦੇ ਮੂੰਹ ਤੇ ਚਪੇੜ ਮਾਰ ਕੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕੀਤਾ। ਤੇ ਜਿਹਨੇ ਮੁਫ਼ਤ 'ਚ ਬੇਇੱਜ਼ਤੀ ਕਰਾਉਣੀ ਹੋਵੇ ਉਹ ਬਾਬੇ ਬੁੱਧ ਸਿੰਘ ਵਾਂਗੂ ਸੁਖਬੀਰ ਬਾਦਲ ਤੇ ਮਜੀਠੀਏ ਨੂੰ ਸੱਦ ਲਿਆ ਕਰੋ, ਹੋਰ ਕਾਸੇ ਦੀ ਲੋੜ ਹੀ ਨਹੀਂ ਹੈ। ਬਰਗਾੜੀ ਮੋਰਚੇ ਦੇ 137ਵੇਂ ਦਿਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਵਾਰ ਫੇਰ ਕੈਪਟਨ ਬਾਦਲਾਂ ਤੇ ਮਜੀਠੀਆ ਤੇ ਸ਼ਬਦੀ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਕੈਪਟਨ ਤੇ ਬਾਦਲਾਂ ਦੀ ਆਪਸ ਵਿੱਚ ਦੋਸਤੀ ਚੱਲ ਰਹੀ ਹੈ, ਜਿਸ ਕਰਕੇ ਇਨਸਾਫ ਤੋਂ ਪਾਸਾ ਵੱਟਿਆ ਜਾ ਰਿਹਾ। ਜੋ ਬਾਦਲ ਕੈਪਟਨ ਦੋਸਤੀ ਚੱਲ ਰਹੀ ਹੈ, ਇਨਸਾਫ ਤੋਂ ਟਾਲਾ ਵੱਟਿਆ ਜਾ ਰਿਹਾ, ਇਹਦੀਆਂ ਮਿਸਾਲਾਂ ਦੀ ਲੋੜ ਨਹੀਂ, ਮਿਸਾਲਾਂ ਤੁਹਾਡੇ ਸਾਹਮਣੇ ਆ। ਅੱਜ ਜਲੰਧਰ ਦੇ ਵਿੱਚ ਜਿਹੜਾ ਕਬੱਡੀ ਮੈਚ ਕਬੱਡੀ ਲੀਗ ਸਰਕਾਰ ਕਰਾ ਰਹੀ ਕੈਪਟਨ ਸਰਕਾਰ, ਪਰ ਉਹਦਾ ਜਿਹੜਾ ਲਾਈਵ ਦਾ ਜਿਹੜਾ ਗੁਰਮੁਖ ਪਿਆਰਿਓ ਠੇਕਾ ਕੀਤਾ ਉਹ ਬਾਦਲਾਂ ਦੇ PTC ਚੈਨਲ ਨਾਲ ਵੱਡੇ ਵੱਡੇ ਬੋਰਡ। ਅੱਜ ਸਰਕਾਰ ਦੇ 3 MLA ਅੱਜ ਖੁਦ ਉੱਥੋਂ ਬੋਰਡ ਲੱਗੇ ਵੇਖ ਕੇ ਸਰਕਾਰ ਦੇ ਵਿਰੋਧ ਵਿੱਚ ਕਬੱਡੀ ਮੈਚਾਂ ਦਾ ਬਾਈਕਾਟ ਚਲੇ ਗਏ ਕੈਪਟਨ ਸਰਕਾਰ ਦੇ MLA। ਬਈ ਕੈਪਟਨ ਬਾਦਲ ਦੋਸਤੀ ਜਿਹੜੇ ਕਹਿੰਦੇ ਸੀ PTC ਬੰਦ ਕਰ ਦਿਆਂਗੇ, ਉਹ PTC ਨੂੰ ਲਾਈਵ ਦੇ ਠੇਕੇ ਦੇ ਰਹੇ ਆ। ਇਹ ਬਾਦਲ ਕੈਪਟਨ ਦੋਸਤੀ ਆ, ਤਾਂ ਹੀ ਪੰਜਾਬ ਦੇ ਲੋਕਾਂ ਨੇ ਪੰਥ ਤੇ ਪੰਜਾਬ ਨੇ ਨਕਾਰ ਦਿੱਤਾ ਬਾਦਲ ਕੈਪਟਨਾਂ ਨੂੰ। ਇੱਕ ਪਾਸੇ ਪਟਿਆਲੇ ਰੈਲੀ, ਇੱਕ ਪਾਸੇ ਕਿਲਿਆਂ ਵਾਲੀ ਰੈਲੀ, ਪਰ ਜਿੰਨਾ ਉਹਨਾਂ ਨੇ ਰੈਲੀਆਂ 'ਚ ਜ਼ੋਰ ਲਾ ਕੇ ਸਰਕਾਰੀ ਸਰਮਾਏਦਾਰਾਂ ਨੇ ਇਕੱਠ ਕੀਤਾ, ਓਨੀਆਂ ਤੇ ਚੱਪਲਾਂ ਤੇ ਜੁੱਤੀਆਂ ਜੋੜੇ ਬਰਗਾੜੀ ਦੀ ਦਾਣਾ ਮੰਡੀ 'ਚ ਸੰਗਤਾਂ ਦੇ ਰੁਲ ਗਏ। ਅੱਜ ਵੀ ਢੇਰ ਲੱਗਾ ਬਰਗਾੜੀ ਦੀ ਦਾਣਾ ਮੰਡੀ ਵਿੱਚ ਉਹਨੇ ਜੁੱਤੀਆਂ ਜੋੜਿਆਂ ਦਾ, ਜਿੰਨੇ ਉਹਨਾਂ ਜ਼ੋਰ ਲਾ ਕੇ ਇਕੱਠੇ ਕੀਤੇ। ਲੱਖਾਂ ਦੀ ਤਾਦਾਦ ਵਿੱਚ ਆ ਸੜਕਾਂ ਜਾਮ ਹੋ ਗਈਆਂ, 1.5-2 ਲੱਖ ਸੰਗਤਾਂ ਪਹੁੰਚ ਗਈਆਂ 7 ਤਰੀਕ ਨੂੰ, ਪਰ ਲੱਖਾਂ ਸੰਗਤਾਂ ਨੂੰ ਸੜਕਾਂ ਤੋਂ ਬਿਨਾਂ ਬਰਗਾੜੀ ਪਹੁੰਚੇ ਮੁੜਨਾ ਪਿਆ ਲੱਗੇ ਜਾਮ ਦੇ ਕਾਰਨ। ਤੇ ਆ ਕੱਲ ਫਿਰ 14 ਤਰੀਕ ਨੂੰ ਸਰਕਾਰਾਂ ਦੇ ਭੁਲੇਖੇ ਪੰਥ ਦੋਖੀਆਂ ਦੇ ਸੰਗਤਾਂ ਨੇ ਦੂਰ ਕਰ ਦਿੱਤੇ। ਕਹਿੰਦੇ ਸੀ 7 ਨੂੰ ਲੱਖਾਂ ਲੋਕ ਆ ਗਏ ਆ, 14 ਨੂੰ ਆ ਜਾਣਗੇ 20-30 ਹਜ਼ਾਰ, ਪਰ ਜਦੋਂ ਕੱਲ ਫਿਰ ਸੜਕਾਂ ਜਾਮ ਹੋ ਗਈਆਂ 1 ਹਫ਼ਤੇ 'ਚ, ਬਿਨਾਂ ਕਿਸੇ ਨੂੰ ਸਾਧਨ ਦਿੱਤੇ, ਬਿਨਾਂ ਪ੍ਰਬੰਧ ਕੀਤੇ, ਗੁਰੂ ਦੇ ਪਿਆਰ ਵਿੱਚ ਕਿ ਜਥੇਦਾਰ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰ ਰਹੇ, ਅਸੀਂ ਸਾਥ ਦਈਏ ਪੂਰਾ ਪੰਥ ਤੇ ਪੰਜਾਬ, ਫਿਰ ਵਹੀਰਾਂ ਘੱਤ ਕੇ ਇੱਥੇ ਬਰਗਾੜੀ ਦੀ ਦਾਣਾ ਮੰਡੀ 'ਚ ਲੱਖਾਂ ਦੀ ਤਾਦਾਦ ਵਿੱਚ ਪਹੁੰਚ ਗਿਆ। ਅੱਗੇ ਨਾਲੋਂ ਵੱਧ ਪ੍ਰਬੰਧ ਕੀਤੇ, ਪਰ ਉਹ ਵੀ ਛੋਟੇ ਪੈ ਗਏ। ਮੈਂ ਧੰਨਵਾਦ ਕਰੂੰ ਸਾਰੇ ਆਏ ਮਹਾਂਪੁਰਸ਼ਾਂ, ਧਾਰਮਿਕ ਰਾਜਨੀਤਿਕ ਆਗੂਆਂ ਦਾ, ਸਿੰਘ ਸਾਹਿਬਾਨਾਂ ਦਾ, ਜਿਹੜੇ ਕੱਲ ਦੇ ਇਕੱਠ ਵਿੱਚ ਆਏ, ਤੇ ਜਿਹੜੇ ਮੈਨੂੰ ਹੁਣੇ ਭਾਈ ਰਣਜੀਤ ਸਿੰਘ ਦੱਸ ਰਿਹਾ ਸੀ, ਕਹਿੰਦਾ 80-85 ਲੰਗਰ ਤਾਂ ਅਸੀਂ ਗਿਣ ਲਏ, ਪਰ ਜਿਹੜੇ ਸਾਡੇ ਤੋਂ ਗਿਣੇ ਨਹੀਂ ਗਏ, ਇੰਨੀ ਵੱਡੀ ਪੱਧਰ 'ਚ ਲੰਗਰ ਸੜਕਾਂ ਤੇ ਮੰਡੀ ਦੇ 4 ਸਵੇਰੇ ਸੰਗਤਾਂ ਨੇ ਲਾਏ ਸੀ, ਐ ਲੱਗਦਾ ਸੀ ਜਿਵੇਂ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਬਣਿਆ ਹੋਵੇ, ਕਿਉਂਕਿ ਮੋਰਚਾ ਗੁਰੂ ਦਾ, ਗੁਰੂ ਦੀ ਬੇਅਦਬੀ ਦੇ ਇਨਸਾਫ਼ ਦਾ। ਤੇ ਆਓ ਗੁਰਮੁਖ ਪਿਆਰਿਓ, ਜਿਹੜੀ ਇਨਸਾਫ਼ ਦੀ ਆਵਾਜ਼ ਬੁਲੰਦ ਹੋਈ ਹੈ, ਇਹ ਮਾਝੇ ਮਾਲਵੇ ਦੁਆਬੇ 'ਚ ਹੀ ਨਹੀਂ, ਇਹ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਹਿਮਾਚਲ, ਦਿੱਲੀ, ਉੱਤਰਾਖੰਡ, ਯੂਪੀ, ਕੱਲ ਬਿਹਾਰ ਤੋਂ ਸਾਡੇ ਮੁਸਲਮਾਨ ਭਰਾ ਮੀਆਂ ਜੀ ਇੱਥੇ ਆਏ, ਬਿਹਾਰ ਤੋਂ ਸਾਥੀਆਂ ਸਮੇਤ, ਮਲੇਰਕੋਟਲੇ ਤੋਂ ਮੁਸਲਮਾਨਾਂ ਦੇ ਜਥੇ, ਮੁਕਤਸਰ ਸਾਹਿਬ ਤੋਂ ਹਿੰਦੂ ਭਰਾਵਾਂ ਦੇ ਜਥੇ, ਉਹਨਾਂ ਨੇ ਇਹਨਾਂ ਸਰਕਾਰਾਂ ਦੇ ISI ਤੇ ਮਿਲੀਟੈਂਟ ਕਹਿਣ ਵਾਲਿਆਂ ਦੇ ਮੂੰਹ ਤੇ ਚਪੇੜ ਮਾਰ ਕੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕੀਤਾ। ਪਿਛਲੇ ਦਿਨ ਗੁਰਦਾਸਪੁਰ 'ਚ ਹੋਏ ਬਾਦਲਾਂ ਦੇ ਵਿਰੋਧ ਤੇ ਬੁੱਧ ਸਿੰਘ ਨਿੱਕਾ ਘੁੰਮਣ ਵੱਲੋਂ ਪਾਏ ਵਾਸਤੇ ਤੇ ਦਾਦੂਵਾਲ ਨੇ ਇੱਕ ਜਵਾਬ ਦਿੰਦਿਆਂ ਕੀ ਕਿਹਾ, ਤੁਸੀਂ ਆਪ ਹੀ ਸੁਣ ਲਓ।
ਆ ਦੇਖੋ ਜਿਹੜੇ ਪੰਥ ਦੋਖੀ ਜਿਨ੍ਹਾਂ ਦੇ ਰਾਜ ਕਾਜ ਵਿੱਚ ਹੋਇਆ ਅੱਜ ਉਹਨਾਂ ਦਾ ਹਸਰ ਕੀ ਆ। ਆ ਹੁਣ ਕਵੀਸਰ ਸਿੰਘ ਦੱਸ ਰਹੇ ਸੀ ਨਿੱਕੇ ਘੁੰਮਣਾ ਦੀ ਘਟਨਾ ਜਿਹੜੀ ਰਾਤ ਵਾਪਰੀ ਆ ਮਜੀਠੀਏ ਤੇ ਸੁਖਬੀਰ ਦੇ ਨਾਲ। ਵਾਸਤੇ ਪਾਉਂਦਾ ਰਿਹਾ ਸਥਾਨ ਦਾ ਮੁੱਖ ਸੇਵਾਦਾਰ, ਪਰ ਸੰਗਤਾਂ ਨੇ ਨਕਾਰ ਦਿੱਤੀਆਂ ਗੱਲਾਂ ਕਿ ਪੰਥ ਦੇ ਦੋਖੀਆਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਗੁਰਮੁਖ ਪਿਆਰਿਓ, ਮੈਂ ਵੀ ਹੈਰਾਨ ਕਿ ਗੁਰਮੁਖ ਪਿਆਰਿਓ ਅੱਜ ਜਿਹੜੇ ਲੋਕਾਂ ਨੂੰ ਪੰਥ ਨਕਾਰ ਚੁੱਕਿਆ, ਆ ਕੁਝ ਸਾਡੇ ਸੰਤ ਬਾਬੇ ਕੀ ਚਾਹੁੰਦੇ ਨੇ? ਉਹਨਾਂ ਨੂੰ ਆਪਣੀਆਂ ਸਟੇਜਾਂ ਤੇ ਬੁਲਾ ਕੇ ਕੀ ਸਿੱਧ ਕਰਨਾ ਚਾਹੁੰਦੇ ਆ? ਤੇ ਮੈਂ ਅੱਜ ਬਰਗਾੜੀ ਇਨਸਾਫ ਮੋਰਚੇ ਤੋਂ ਬੇਨਤੀ ਕਰਦਿਆ, ਜਿਹਨੂੰ ਇੱਜ਼ਤ ਚੰਗੀ ਨਹੀਂ ਲੱਗਦੀ, ਸਨਮਾਨ ਚੰਗਾ ਨਹੀਂ ਲੱਗਦਾ, ਤੇ ਜਿਹਨੇ ਮੁਫਤ 'ਚ ਬੇਇੱਜ਼ਤੀ ਕਰਾਉਣੀ ਹੋਵੇ, ਉਹ ਬਾਬੇ ਬੁੱਧ ਸਿੰਘ ਵਾਂਗੂ ਸੁਖਬੀਰ ਬਾਦਲ ਤੇ ਮਜੀਠੀਏ ਨੂੰ ਸੱਦ ਲਿਆ ਕਰੋ, ਹੋਰ ਕਾਸੇ ਦੀ ਲੋੜ ਹੀ ਨਹੀਂ ਹੈ। ਜਿਵੇਂ ਰਾਤ ਉੱਥੇ ਵਾਪਰਿਆ, ਵਾਸਤੇ ਪਾਉਂਦਾ ਰਿਹਾ ਬਾਬਾ ਸਟੇਜ ਤੇ, ਪਤਾ ਨਹੀਂ ਉਹਨੇ ਸੁਖਬੀਰ ਤੋਂ ਟਿਕਟ ਪੱਕੀ ਕਰਨੀ ਸੀ, ਬੜੇ ਚਿਰ ਦੀ ਲਾਲਸਾ ਉਹਦੀ ਇਲੈਕਸ਼ਨ ਲੜਨ ਦੀ। ਪਰ ਅਸੀਂ ਬੇਨਤੀ ਕਰਦੇ ਹਾਂ ਕਿ ਮਹਾਂਪੁਰਸ਼ਾਂ ਦੇ ਸਥਾਨਾਂ ਤੇ ਧਰਮ ਦੀ ਗੱਲ ਹੋਵੇ, ਧਰਮ ਦੇ ਨਾਲ ਮੀਰੀ ਪੀਰੀ ਦੀ ਗੱਲ ਹੋਵੇ, ਗੰਦੀ ਰਾਜਨੀਤੀ ਦੀ ਗੱਲ ਨਾ ਹੋਵੇ। ਉਹ ਕਹਿੰਦਾ ਰਹਿ ਗਿਆ ਮਾਝੇ ਦਾ ਜਰਨੈਲ, ਜਿਹਨੂੰ ਉਹਦੀ ਪਾਰਟੀ ਨੇ ਨਕਾਰਤਾ ਵੀ ਸਾਡੇ ਉਹ ਦੀ ਪੋਸਟ ਹੀ ਨਹੀਂ ਹੈਗੀ। ਅੱਜ ਗੁਰਮੁਖ ਪਿਆਰੇ ਅੱਜ ਹਾਲਾਤ ਕੀ ਆ ਦੇਖੋ, ਰਾਜਪੂਤਾਂ ਨੇ ਧੀਆਂ ਦੇ ਡੋਲੇ ਦੇ ਕੇ ਅਕਬਰ ਕੋਲੋਂ ਰਾਜ ਭਾਗ ਲਏ ਸੀ, ਅੱਜ ਧੀਆਂ ਭੈਣਾਂ ਦੇ ਡੋਲੇ ਦੇ ਕੇ ਲੋਕ ਜਰਨੈਲ ਕਹਾਉਣਾ ਚਾਹੁੰਦੇ ਆ, ਪਰ ਪੰਥ ਇਸ ਨੂੰ ਪ੍ਰਵਾਨ ਨਹੀਂ ਕਰਦਾ। ਪੰਥ ਦੇ ਜਰਨੈਲ ਸਰਦਾਰ ਹਰੀ ਸਿੰਘ ਨੜੂਏ ਵਰਗੇ ਆ, ਪੰਥ ਦੇ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਆ, ਪੰਥ ਦੇ ਜਰਨੈਲ ਸੰਤ ਭਿੰਡਰਾਂ ਵਾਲੇ ਤੇ ਜਰਨਲ ਸਵੇਗ ਸਿੰਘ ਵਰਗੇ ਆ, ਪੰਥ ਦੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਰਗੇ ਆ। ਆ ਚਾਰ ਵੋਟਾਂ ਲੈ ਕੇ ਜਾਂ ਡਰੱਗ ਰੇਤ ਬਜਰੀ ਮਾਫੀਆ ਕਰਕੇ ਤੇ ਜਰਨੈਲ ਨਹੀਂ ਬਣਿਆ ਜਾਂਦਾ। ਸੁਆਓ ਬੇਨਤੀ ਆ ਕੌਮ ਨੂੰ, ਪੰਥ ਨੂੰ, ਸਤਿਕਾਰਯੋਗ ਸੰਪਰਦਾਵਾਂ, ਸੰਤ ਮਹਾਂਪੁਰਸ਼ਾਂ ਨੂੰ ਕਿ ਛੱਡ ਦਿਓ ਖੇੜਾ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਲਗਾਤਾਰ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਤੇ ਮੋਰਚੇ ਦੌਰਾਨ ਸਿੱਖ ਸੰਗਤਾਂ ਦੇ ਸਾਹਮਣੇ ਇਹਨਾਂ ਦੇ ਪੋਤੜੇ ਫਰੋਲੇ ਜਾ ਰਹੇ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬ।